ਨੌਜਵਾਨਾਂ ਦਾ ਹਜੂਮ ਜਿਵੇਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਉਹ ਇਸ ਵਾਰ ਤੁਹਾਡੇ ਨਾਲ ਜੁੜ ਚੁੱਕਿਆ, ਕਿਵੇਂ ਕਹਿਣਾ ਚਾਹੁੰਦੇ? ਇਹਨਾਂ ਦਾ ਸਾਥ ਮੇਰੇ ਨਾਲ ਸੀਗਾ, ਸੰਤ ਜਨੈਣ ਸਿੰਘ ਭਿੰਡਾਂ ਵਾਲਿਆਂ ਤੋਂ ਬਾਅਦ ਦੇ ਵਿੱਚ। ਪਰ ਜਿਹੜੇ ਬਾਦਲ ਦਲੀਏ ਸੀ, ਕਾਂਗਰਸੀਏ ਸੀ, ਉਹ ਇਹਨਾਂ ਦੇ ਮਾਂ ਪਿਓ ਨੂੰ ਜਾ ਕੇ ਕਹਿੰਦੇ ਸੀਗੇ ਕਿ ਪਹਿਲਾਂ ਤੁਹਾਨੂੰ ਮਸਾਂ ਛਡਾਇਆ, ਜੇ ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਛੱਡੇ ਫਿਰ ਪੁਲਿਸ ਨੇ ਫਿਰ ਤੁਹਾਨੂੰ ਅੰਦਰ ਦੇ ਦੇਣਾ ਅਤੇ ਫਿਰ ਸਾਡੇ ਤੋਂ ਨਹੀਂ ਛੁਟਾਉਣਾ। ਦਬਾਓ, ਸਰਕਾਰੀ ਦਬਾਓ ਬਹੁਤ ਪਾਇਆ ਜਾ ਰਿਹਾ ਵੋਟਰਾਂ ਦੇ। ਜਿਹੜੇ ਸਾਡੇ ਸੰਗਰੂਰ ਦੇ ਵੋਟਰ ਹੈ ਉਹ ਸਰਕਾਰੀ ਦਬਾਅ ਨੂੰ ਮੰਨਦੇ ਨਹੀਂ ਹੈ, ਨਾ ਝੱਲਦੇ ਹੈ। ਇੰਟਰਨੈਸ਼ਨਲ ਅਬਜ਼ਰਵਰ ਮੰਗਾਏ ਜਾਣ ਅਤੇ ਉਹ ਸਾਰੀ ਸੁਪਰਵਿਜ਼ਨ ਕਰਨ ਇਸ ਇਲੈਕਸ਼ਨ ਦੀ ਕਿ ਇਹ ਆਜ਼ਾਦ ਹੈ ਅਤੇ ਚੰਗੀ ਤਰ੍ਹਾਂ ਬਗੈਰ ਗੌਰਮੈਂਟ ਦੇ ਦਖਲ ਅੰਦਾਜ਼ੀ ਤੋਂ ਹੋ ਰਿਹਾ। ਪ੍ਰਧਾਨ ਸਾਹਿਬ, ਕੀ ਮੰਗ ਕਰੋਗੇ? ਚੋਣਾਂ 'ਚ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ, ਇਹ ਵੋਟ ਪੈਣੇ ਚਾਹੀਦੇ ਹੈ, ਬੈਲਟ ਹੋਣਾ ਚਾਹੀਦਾ ਹੈ। ਈਵੀਐਮ ਬੀਜੇਪੀ ਅਤੇ ਆਰਐਸਐਸ ਦੇ ਜਖੜ ਦੇ ਵਿੱਚ ਹੈਗੀ ਆ ਅਤੇ ਇਹ ਵੀ ਇੰਡੀਪੈਂਡੈਂਟ ਆਜ਼ਾਦ ਹੋਣਾ ਚਾਹੀਦਾ। ਅਤੇ ਵੱਡੇ ਪੱਤਰਕਾਰ ਹੋ ਤੁਸੀਂ, ਆਪਣੀਆਂ ਅੱਖਾਂ ਤੋਂ ਦੇਖਿਆ, ਆਪਣੇ ਦਿਲ ਤੋਂ ਸੋਚਿਆ, ਲੋਕਾਂ ਕੋਲ ਹਾਲ ਪਹੁੰਚਾਉਣਾ। ਮੈਂ ਤਾਂ ਆਪਣੀ ਤਾਰੀਫ ਹੀ ਕਰੂੰਗਾ, ਉਹਦਾ ਕੀ ਫਾਇਦਾ? ਤੁਸੀਂ ਸਹੀ ਗੱਲ ਪਹੁੰਚਾਓ। ਪ੍ਰਧਾਨ ਸਾਹਿਬ, ਨੌਜਵਾਨਾਂ ਦਾ ਹਜੂਮ ਜਿਵੇਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਉਹ ਇਸ ਵਾਰ ਤੁਹਾਡੇ ਨਾਲ ਜੁੜ ਚੁੱਕਿਆ, ਕਿਵੇਂ ਕਹਿਣਾ ਚਾਹੁੰਦੇ? ਨਹੀਂ, ਇਹਨਾਂ ਦਾ ਸਾਥ ਮੇਰੇ ਨਾਲ ਸੀਗਾ, ਸੰਤ ਜਨੈਲ ਸਿੰਘ ਭਿੰਡਾਂ ਵਾਲਿਆਂ ਤੋਂ ਬਾਅਦ ਦੇ ਵਿੱਚ। ਪਰ ਜਿਹੜੇ ਬਾਦਲ ਦਲੀਏ ਸੀ, ਕਾਂਗਰਸੀਏ ਸੀ, ਉਹ ਇਹਨਾਂ ਦੇ ਮਾਂ ਪਿਓ ਨੂੰ ਜਾ ਕੇ ਕਹਿੰਦੇ ਸੀਗੇ ਕਿ ਪਹਿਲਾਂ ਤੁਹਾਨੂੰ ਮਸਾਂ ਛਡਾਇਆ, ਜੇ ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਛੱਡੇ ਫਿਰ ਪੁਲਿਸ ਨੇ ਫਿਰ ਤੁਹਾਨੂੰ ਅੰਦਰ ਦੇ ਦੇਣਾ ਅਤੇ ਫਿਰ ਸਾਡੇ ਤੋਂ ਨਹੀਂ ਛੁਟਾਉਣਾ। ਪ੍ਰਧਾਨ ਸਾਹਿਬ, ਕਿਵੇਂ ਲੱਗਦੇ ਹੋ ਵੀ ਹੁਣ, ਕਿਉਂਕਿ ਦਬਾਓ, ਸਰਕਾਰੀ ਦਬਾਓ ਬਹੁਤ ਪਾਇਆ ਜਾ ਰਿਹਾ ਵੋਟਰਾਂ ਦੇ ਉੱਤੇ? ਜਿਹੜੇ ਸਾਡੇ ਸੰਗਰੂਰ ਦੇ ਵੋਟਰ ਹੈ ਉਹ ਸਰਕਾਰੀ ਦਬਾਅ ਨੂੰ ਮੰਨਦੇ ਨਹੀਂ ਹੈ, ਨਾ ਝੱਲਦੇ ਹੈ। ਅਤੇ ਜੇ ਤੁਸੀਂ ਸੋਚਦੇ ਹੋ ਫਿਰ ਇੱਥੇ ਇੰਟਰਨੈਸ਼ਨਲ ਅਬਜ਼ਰਵਰ ਮੰਗਾਏ ਜਾਣ ਅਤੇ ਉਹ ਸਾਰੀ ਸੁਪਰਵਿਜ਼ਨ ਕਰਨ ਇਸ ਇਲੈਕਸ਼ਨ ਦੀ ਕਿ ਇਹ ਆਜ਼ਾਦ ਹੈ ਅਤੇ ਚੰਗੀ ਤਰ੍ਹਾਂ ਬਗੈਰ ਗੌਰਮੈਂਟ ਦੇ ਦਖਲ ਅੰਦਾਜ਼ੀ ਤੋਂ ਹੋ ਰਿਹਾ। ਪ੍ਰਧਾਨ ਸਾਹਿਬ, ਕੀ ਮੰਗ ਕਰੋਗੇ? ਚੋਣਾਂ 'ਚ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਵੀਡੀਓਗ੍ਰਾਫੀ ਕਾਹਦੀ ਹੋਣੀ ਚਾਹੀਦੀ ਹੈ? ਵੀਡੀਓਗ੍ਰਾਫੀ ਕਾਹਦੀ ਹੋਣੀ ਚਾਹੀਦੀ ਹੈ? ਵੋਟਾਂ ਦੀ, ਵੋਟਾਂ ਦੀ ਜੀ, ਉੱਥੇ ਵੀ ਸਰਕਾਰੀ ਧੱਕਾ ਨਾ ਹੋ ਸਕੇ। ਇਹ ਵੋਟ ਪੈਣੇ ਚਾਹੀਦੇ ਹੈ, ਬੈਲਟ ਹੋਣਾ ਚਾਹੀਦਾ ਹੈ। ਈਵੀਐਮ ਬੀਜੇਪੀ ਅਤੇ ਆਰਐਸਐਸ ਦੇ ਜਖੜ ਦੇ ਵਿੱਚ ਹੈਗੀ ਹੈ ਅਤੇ ਇਹ ਵੀ ਇੰਡੀਪੈਂਡੈਂਟ ਆਜ਼ਾਦ ਹੋਣਾ ਚਾਹੀਦਾ। ਇਲੈਕਸ਼ਨ ਕਮਿਸ਼ਨ ਹੈ ਉਹਦੇ ਉੱਤੇ ਵੀ ਆਜ਼ਾਦ ਅਬਜ਼ਰਵਰ ਬੈਠਣੇ ਚਾਹੀਦੇ ਆ। ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ, ਜਿਨ੍ਹਾਂ ਦਾ ਹੌਸਲਾ ਦੇਖਿਆ ਬਣਦਾ, ਕਿਉਂਕਿ ਹਜੂਮ ਆਮ